ਜਿੱਦਾਂ ਉਹਨੇ ਦੀਦੇ ਸੂਟ ਲਿਆਉਣੇ ਆ ਵਰੀ ਦੇ ਤੇ ਹਰਪਿੰਦਰ ਦੇ? ਹਾਂ ਤੇ ਬਾਹਰ ਕਿਉਂ ਦੇਣੇ ਆ? ਮੈਨੂੰ ਵੀ ਆਉਂਦੀ ਆ ਸਟਿਚਿੰਗ ਤੇ ਮੈਂ ਹੀ ਕਰ ਦੂੰਗੀ, ਉਹੀ ਆਪਣੀ ਸਵਾਈ ਬਚ ਜੂਗੀ, ਨਾਲੇ ਟਾਈਮ ਨਾਲ ਸੀ ਲਾਂਗੇ। ਤੇ ਦਿਨ ਵਿੱਚ 4-5 ਹੀ ਆ? ਹਾਂ ਤੇ ਤੁਸੀਂ ਇੱਕ ਕੰਮ ਕਰਿਓ, ਹਾਂ ਕਾਹਦਾ ਸ਼ਹਿਰ ਤੇ ਤੁਸੀਂ ਜਾਣਾ ਹੀ ਆ, ਹਰਪਿੰਦਰ ਦਾ ਸਮਾਨ ਸਮੂਨ ਤੇ ਲਿਆਉਣਾ ਹੀ ਆ। ਆਹੋ ਤੇ ਲਿਆਉਣਾ ਹੀ ਆ। ਤੁਸੀਂ ਇਦਾਂ ਕਰਿਓ ਜੋ ਉਦਾਂ ਵੀ ਇੱਕ ਸੂਟ ਲੈ ਆਇਓ ਨਾਲ। ਤੇ ਗਾੜੀ ਗਾੜੀ ਹੋ ਗਏ ਨਾ, ਪ੍ਰਧਾਨ ਨਾ ਬਣਿਆ ਕਰ ਬਹੁਤਾ, ਆਪਣੇ ਘਰ ਦੀ ਨੂੰ ਆਪੇ ਸਮਝਾ ਦੇ ਵੀ ਉੱਥੇ ਨਹੀਂ ਜਾਣਾ। ਦੋਵਾਂ ਕੁੜੀਆਂ ਨੂੰ ਲੈ ਜਾ ਨਾਲ ਹੀ। ਦੋਵਾਂ ਕੁੜੀਆਂ ਨੂੰ ਮੈਂ ਕੀ ਖੜਨਾ ਵਾ, ਜੋਤ ਹੁਣਾਂ ਨੇ ਕੀਤਾ ਠਾਕੇ ਤੇ ਵੀ ਜਾਣਾ ਵਾ ਕਿ ਨਹੀਂ ਜਾਣਾ। ਹਾਥੀ ਦੇ ਦੰਦ ਨਾ ਖਾਣ ਨੂੰ ਹੋਰ ਹੁੰਦੇ ਆ ਤੇ ਵਿਖਾਉਣ ਨੂੰ ਹੋਰ ਹੁੰਦੇ ਆ, ਜਿੱਦਾਂ ਉਹ ਤੁਹਾਡੇ ਸਾਹਮਣੇ ਰਹਿੰਦੇ ਆ ਨਾ, ਤੁਹਾਡੇ ਮਗਰੋਂ ਇਦਾਂ ਨਿੰਗੇ ਰਹਿੰਦੇ। ਪਰ ਸਾਡਾ ਵੀ ਨਾ ਇਰਾਦਾ ਜਿਹਾ ਬਣਨ ਦਿਆ ਸੀ। ਹਾਂਜੀ ਵੀ ਅਸੀਂ ਨਾ ਉਦੋਂ ਨੂੰ ਬਹੁਤੇ ਜਣੇ ਨਹੀਂ ਖਾਣੇ ਨਾਲ। ਗੱਲ ਤੁਹਾਡੀ ਦੀਦੀ ਬਿਲਕੁਲ ਸਹੀ ਆ, ਅਸੀਂ ਕਿਉਂ ਕਿਸੇ ਨੂੰ ਬਾਹਰੋਂ ਕਹਿਣਾ ਆ, ਮੰਮੀ ਜੀ ਹੁਣੀ, ਆਪਾਂ ਦੋਵੇਂ ਜਾਣੇ ਤੇ ਤੁਸੀਂ, ਅਸੀਂ ਪੰਜੇ ਜਾਣੇ ਜਾਵਾਂਗੇ ਤੇ ਵਧੀਆ ਕੰਮ ਕਰ ਆਉਣਾ ਅਸੀਂ।